ਹੁਸ਼ਿਆਰਪੁਰ ਵਿਖੇ 1 ਫਰਵਰੀ ਤੋਂ 3 ਫਰਵਰੀ ਤੱਕ ਚਿਲਡਰਨ ਸਾਇੰਸ ਕਾਂਗਰਸ 31ਵੀਂ ਸਟੇਟ ਲੈਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਹੁਸ਼ਿਆਰਪੁਰ ਤੋਂ ADC ਸ਼੍ਰੀ ਰਾਹੁਲ ਚਾਬਾ। ਇਹ ਜਿਹੜੀ 31ਵੀਂ ਜਿਹੜੀ ਚਿਲਡਰਨ ਸਾਇੰਸ ਕਾਂਗਰਸ ਹੈ ਜੋ ਕਿ ਸਟੇਟ ਲੈਵਲ ਦੀ ਉਹ ਰਿਆਤ ਬਾਰਾ ਗਰੁੱਪ ਆਫ ਇੰਸਟੀਚਿਊਟਸ ਵਿਖੇ ਹੁਸ਼ਿਆਰਪੁਰ ਵਿਖੇ ਸਾਡੀ 1 ਫਰਵਰੀ ਤੋਂ ਲੈ ਕੇ 3 ਫਰਵਰੀ ਤੱਕ ਜਿਹੜੀ ਕੀਤੀ ਜਾ ਰਹੀ ਹੈ। ਐਂਡ ਜਿਵੇਂ ਕਿ ਡਾਕਟਰ KS ਬਾਟ ਜੋ ਕਿ ਜੁਆਇੰਟ ਡਾਇਰੈਕਟਰ ਨੇ ਪੰਜਾਬ ਸਟੇਟ ਕਾਉਂਸਿਲ ਫੋਰ ਸਾਇੰਸ ਐਂਡ ਟੈਕਨੋਲੋਜੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਹਰ ਜ਼ਿਲ੍ਹੇ ਤੋਂ 6-6 ਜਿਹੜੇ ਪ੍ਰੋਜੈਕਟਸ ਨੇ ਉਹ ਆਲਰੇਡੀ ਚੁਣੇ ਗਏ ਨੇ ਐਂਡ ਕੁੱਲ 138 ਪ੍ਰੋਜੈਕਟਸ ਜਿਹੜੇ ਨੇ ਉਹ ਸਾਇੰਸ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਉਹ ਪ੍ਰਜੈਂਟ ਕੀਤੇ ਜਾਣਗੇ। ਅਤੇ ਜੱਜਿਸ ਦਾ ਪੈਨਲ ਜੋ ਕਿ ਯੂਨੀਵਰਸਿਟੀਜ਼ ਅਤੇ ਕਾਲਜਿਸ ਤੋਂ ਸਾਇੰਸ ਦੇ ਡਿਸਿਪਲਿਨ ਦੇ ਨਾਲ ਹੀ ਸੰਬੰਧਿਤ ਨੇ ਜਿਹੜੇ ਟੀਚਰਸ, ਅਤੇ ਉਹ ਇਹਨਾਂ ਨੂੰ ਇਵੈਲੂਏਟ ਕਰਨਗੇ ਐਂਡ ਉਹਨਾਂ ਦੇ ਵਿੱਚੋਂ 138 ਦੇ ਵਿੱਚੋਂ 16 ਜਿਹੜੇ ਟੌਪ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਨੈਸ਼ਨਲ ਸਾਇੰਸ ਕਾਂਗਰਸ ਜਿਹੜੀ ਹੈ ਉਹਦੇ ਵਿੱਚ ਭੇਜੇ ਜਾਣਗੇ। ਐਂਡ ਜਿਵੇਂ ਕਿ ਐਜੂਕੇਸ਼ਨ ਡਿਪਾਰਟਮੈਂਟ ਤੋਂ ਸਾਡੇ ਮਿਸਟਰ ਕਾਲੀਆ ਆਏ ਨੇ ਜੋ ਕਿ ਜ਼ਿਲ੍ਹਾ ਕੋਆਰਡੀਨੇਟਰ ਨੇ, ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੇ ਸਰਕਾਰੀ ਸਕੂਲ ਗੋਬਿੰਦਪੁਰ ਖੁਣ ਉਹਨਾਂ ਦੇ ਜਿਹੜਾ ਸਟੂਡੈਂਟ ਹੈ ਸਰਕਾਰੀ ਸਕੂਲ ਦਾ ਦੇਖੋ ਸਟੂਡੈਂਟ ਹੈ ਉਹਨਾਂ ਵੱਲੋਂ ਪ੍ਰੋਜੈਕਟ ਜਿਹੜਾ ਸੀਗਾ ਪ੍ਰਜੈਂਟ ਕੀਤਾ ਗਿਆ ਸੀਗਾ ਸਟੇਟ ਲੈਵਲ 'ਤੇ ਜੋ ਕਿ ਨੈਸ਼ਨਲ ਸਾਇੰਸ ਕਾਂਗਰਸ ਦੇ ਵਿੱਚ ਪ੍ਰਜੈਂਟ ਕੀਤਾ ਗਿਆ ਐਂਡ ਉੱਥੇ ਵੀ ਉਹਨੂੰ ਮਾਨ ਜਿਹੜਾ ਹੈ ਮਿਲਿਆ। ਐਂਡ ਮੈਂ ਆਸ ਕਰਦਾ ਕਿ ਸਾਨੂੰ ਮੀਡੀਆ ਦੇ ਵੱਲੋਂ ਬਹੁਤ ਵਧੀਆ ਕੋਆਪਰੇਸ਼ਨ ਮਿਲੇਗੀ। ਇਹ 3 ਦਿਨੀ ਸਮਾਗਮ ਜਿਹੜਾ ਹੈ 3 ਤਰੀਕ ਨੂੰ 3 ਫਰਵਰੀ ਨੂੰ ਇਹ ਸੰਪੰਨ ਹੋਏਗਾ ਐਂਡ 3 ਫਰਵਰੀ ਨੂੰ ਸਾਡੇ ਮਾਣਯੋਗ ਐਜੂਕੇਸ਼ਨ ਮਿਨਿਸਟਰ ਸਰਦਾਰ ਹਰਜੋਤ ਸਿੰਘ ਬੈਂਸ ਐਂਡ ਰੈਵਨਿਊ ਮਿਨਿਸਟਰ ਬ੍ਰਹਮ ਸ਼ੰਕਰ ਜਿੰਪਾ ਜੀ ਉਹ ਵੀ ਉੱਥੇ ਮੌਜੂਦ ਰਹਿਣਗੇ ਅਤੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਜਿਹੜਾ ਹੈ ਇਹ ਪ੍ਰੋਗਰਾਮ ਸੰਪੰਨ ਕੀਤਾ ਜਾਏਗਾ। ਅਤੇ ਮੈਂ ਮੀਡੀਆ ਪਰਸਨਸ ਤੋਂ ਮੇਰੀ ਗੁਜ਼ਾਰਿਸ਼ ਹੈ ਅਤੇ ਮੈਂ ਆਸ ਵੀ ਕਰਦਾ ਕਿ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਜਿਹੜੀ ਕਵਰੇਜ ਹੈ ਉਹ ਦਿੱਤੀ ਜਾਏਗੀ ਕਿ ਸਾਇੰਸ ਦਾ ਜਿਹੜਾ ਪ੍ਰਚਾਰ ਹੈ ਉਹ ਵੱਧ ਤੋਂ ਵੱਧ ਹੋ ਸਕੇ ਅਤੇ ਸਾਇੰਟੀਫਿਕ ਸੋਚ ਜਿਹੜੀ ਹੈ ਵਿਗਿਆਨਿਕ ਸੋਚ ਜਿਹੜੀ ਹੈ ਉਹ ਆਪਾਂ ਆਉਣ ਵਾਲੇ ਜਿਹੜੀ ਪਨੀਰੀ ਹੈ ਜੋ ਬੱਚੇ ਨੇ ਆਪਣਾ ਫਿਊਚਰ ਹੈ ਆਪਾਂ ਉਹਨਾਂ ਦੇ ਵਿੱਚ ਜਾਗਰਿਤ ਕਰ ਸਕੀਏ। ਟਾਈਮਿੰਗ ਸਰ ਕਿਆ ਹੋਏਗੀ? ਸਵੇਰੇ 9 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਸਟੇਟ ਪੱਧਰੀ ਹੈ, ਹਾਂ ਸਟੇਟ ਲੈਵਲ ਹੈ ਅਤੇ 138 ਜਿਵੇਂ ਕਿ ਦੱਸਿਆ ਕਿ ਵੱਖ ਵੱਖ ਜ਼ਿਲ੍ਹਿਆਂ ਤੋਂ ਪ੍ਰੋਜੈਕਟਸ ਜਿਹੜੇ ਨੇ ਉਹ ਸਟੂਡੈਂਟਸ ਪ੍ਰਜੈਂਟ ਕਰਨਗੇ ਅਤੇ ਜੱਜਿਸ ਦੇ ਸਾਹਮਣੇ ਐਂਡ ਅਕੋਰਡਿੰਗਲੀ ਉਹਨਾਂ ਦੀ ਰੈਂਕਿੰਗ ਹੋਏਗੀ। ਨਹੀਂ, ਗਵਰਨਮੈਂਟ ਐਂਡ ਪ੍ਰਾਈਵੇਟ ਦੋਵੇਂ ਨੇ ਅਤੇ 10 ਤੋਂ 17 ਸਾਲ ਦੇ ਜਿਹੜੇ ਸਟੂਡੈਂਟਸ ਨੇ ਉਸ ਏਜ ਗਰੁੱਪ ਨੂੰ ਇਹ ਟਾਰਗੇਟ ਕੀਤਾ ਜਾਵੇ। ਮੇਰਾ ਨਾਮ ਡਾਕਟਰ KS ਬਾਟ ਹੈ, ਮੈਂ ਜੁਆਇੰਟ ਡਾਇਰੈਕਟਰ ਹਾਂ ਪੰਜਾਬ ਸਟੇਟ ਕਾਉਂਸਿਲ ਫੋਰ ਸਾਇੰਸ ਐਂਡ ਟੈਕਨੋਲੋਜੀ ਦਾ ਅਤੇ ਨੋਡਲ ਆਫਿਸਰ ਹਾਂ ਚਿਲਡਰਨ ਸਾਇੰਸ ਕਾਂਗਰਸ ਦਾ ਜਿਹੜਾ ਪ੍ਰੋਗਰਾਮ ਜੋ ਕੱਲ੍ਹ ਸਟੇਟ ਲੈਵਲ ਕੰਪੀਟੀਸ਼ਨ ਹੋ ਰਿਹਾ ਹੈ। ਅਸੀਂ 3-4 ਮਹੀਨੇ ਤੋਂ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਦੋਂ ਕਿ ਬੱਚਿਆਂ ਨੇ ਸਟੇਟ ਪਹਿਲਾਂ ਅਸੀਂ ਓਰੀਐਂਟੇਸ਼ਨ ਵਰਕਸ਼ਾਪ ਕਰਾਈ ਸੀ April 'ਚ ਪਿਛਲੇ ਸਾਲ, ਉਦੋਂ ਸਾਰੇ ਟੀਚਰਸ ਨੂੰ ਅਸੀਂ ਥੀਮ ਬਾਰੇ ਦੱਸਦੇ ਹਾਂ। ਉਸ ਤੋਂ ਬਾਅਦ ਅਸੀਂ ਡਿਸਟ੍ਰਿਕਟ ਲੈਵਲ 'ਤੇ ਓਰੀਐਂਟੇਸ਼ਨ ਵਰਕਸ਼ਾਪਸ ਕਰਾਈਆਂ, ਉਸ ਤੋਂ ਬਾਅਦ ਬੱਚਿਆਂ ਨੇ ਡਿਸਟ੍ਰਿਕਟ ਲੈਵਲ ਚਿਲਡਰਨ ਸਾਇੰਸ ਕਾਂਗਰਸ 'ਚ ਪਾਰਟੀਸਪੇਟ ਕੀਤਾ। ਹਰ ਡਿਸਟ੍ਰਿਕਟ 'ਚੋਂ ਜਿਹੜੇ 6 ਬੈਸਟ ਪ੍ਰੋਜੈਕਟ ਆ ਉਹ ਅਸੀਂ ਚੁਣੇ ਹੈਗੇ ਆ ਸਟੇਟ ਲੈਵਲ ਲਈ
ਸਟੇਟ ਲੈਵਲ ਹੁਣ ਹੋਣ ਜਾ ਰਹੀ ਹੈ 1-3 ਫਰਵਰੀ। ਜਿਹੜੇ ਟੌਪ 16 ਜਿਹੜੇ ਸਿਲੈਕਟ ਕੀਤੇ ਜਾਣਗੇ ਤਾਂ ਆਪਾਂ ਨੂੰ ਫਿਊਚਰ ਉਹਨਾਂ ਦੇ ਗੱਲ ਕਰਨੀ ਚਾਹੀਦੀ ਹੈ ਕਿ ਉਹਨਾਂ ਚੋਂ ਜਿਹੜੇ ਬੈਸਟ ਪ੍ਰੋਜੈਕਟਸ ਹੁੰਦੇ ਆ ਉਹ ਨੈਸ਼ਨਲ ਲੈਵਲ ਤੇ ਵੀ ਵੈਲਿਊਏਟ ਹੁੰਦੇ ਆ, ਉਹਨਾਂ ਚੋਂ ਵੀ ਜਿਹੜੇ 30 ਬੈਸਟ ਪ੍ਰੋਜੈਕਟ ਆ ਉਹਨਾਂ ਨੂੰ ਉਹ ਫਰਦਰ DST ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਉਹਨਾਂ ਨੂੰ ਇੰਟਲ ਫੇਅਰ ਜਾਂ ਹੋਰ ਕਿਸੇ ਪ੍ਰੋਗਰਾਮ 'ਚ ਭੇਜਦੇ ਨੇ, ਅਤੇ ਈਵਨ ਉਹਨਾਂ ਦੀ ਕਿਸੇ ਲੈਬ ਦੇ ਵਿੱਚ 3-4 ਮਹੀਨਿਆਂ ਦੀ ਟ੍ਰੇਨਿੰਗ ਕਰਾਈ ਜਾਂਦੀ ਹੈ। ਉਹਨਾਂ 'ਚੋਂ ਕੁਛ ਬੱਚੇ ਜਿਹੜੇ ਬਹੁਤ ਅੱਛੇ ਹੁੰਦੇ ਉਹ ਇੰਟਰਨੈਸ਼ਨਲ ਲੈਵਲ 'ਤੇ ਵੀ ਭੇਜੇ ਜਾਂਦੇ, ਇੰਟਰਨੈਸ਼ਨਲ ਸਾਇੰਸ ਫੇਅਰਸ 'ਚ। ਜਿਵੇਂ ਤੁਸੀਂ ਸਾਇੰਸ ਦੀ ਗੱਲ ਕੀਤੀ ਹੈ, ਵਿਗਿਆਨ ਦੀ ਗੱਲ ਕੀਤੀ ਹੈ ਕਿ ਹਰ ਇੱਕ ਚੀਜ਼ ਦਾ ਜਿਹੜਾ ਸੰਬੰਧ ਉਹ ਸਾਇੰਸ ਦੇ ਨਾਲ ਹੈ, ਬਿਲਕੁਲ ਕੁਝ ਵੀ ਪੋਸੀਬਲ ਨਹੀਂ ਹੈ। ਨਹੀਂ ਜੀ, ਹਾਲਾਂਕਿ ਜਿਹੜਾ ਇੰਡੀਆ ਬਹੁਤ ਵੱਡੀ ਅਚੀਵਮੈਂਟ ਕੀਤੀ ਸੀ ਸਾਲ 2023 ਦੇ ਵਿੱਚ, ਪਰੰਤੂ ਆਪਾਂ ਜੇਕਰ ਆਪਾਂ ਸਟੂਡੈਂਟ ਵਰਗ ਦੀ ਗੱਲ ਕਰੀਏ, ਕਿਤੇ ਨਾ ਕਿਤੇ ਅਬਰੋਡ ਵੱਲ ਨੂੰ ਉਹ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ, ਕਿਉਂਕਿ ਆਪਣੇ ਦੇਸ਼ ਵਿੱਚ ਬਹੁਤ ਸਾਰੀਆਂ ਫੈਸਿਲਿਟੀਜ਼ ਵੀ ਨੇ। ਬਿਲਕੁਲ, ਕੀ ਲੱਗਦਾ ਕਿ ਅਵੇਅਰ ਦੀ ਘੱਟ ਰਹਿ ਜਾਂਦੀ ਹੈ ਜਾਂ ਕਿਸ ਤਰ੍ਹਾਂ ਦਾ ਫਿਊਚਰ? ਬੱਚਿਆਂ ਨੂੰ ਅੱਜ ਕੱਲ੍ਹ ਇਹ ਰੁਝਾਨ ਹੈਗਾ ਕਿ ਅਸੀਂ 12ਵੀਂ 10ਵੀਂ 12ਵੀਂ ਕਰੀਏ ਅਤੇ ਬਾਹਰ ਜਾਈਏ, ਸੋ ਇਹ ਇੱਕ ਪ੍ਰੋਗਰਾਮ ਹੈ ਜਿਹੜਾ ਕਿ ਬੱਚਿਆਂ ਨੂੰ ਇੱਥੇ ਹੀ ਸਾਇੰਸ ਦੇ ਨਾਲ ਜੋੜਨ ਦਾ ਕੰਮ ਕਰਦਾ, ਉਹਨਾਂ ਨੂੰ ਮੋਟੀਵੇਟ ਕਰਦਾ ਕਿ ਉਹ ਆਪਣੇ ਦੇਸ਼ 'ਚ ਰਹਿ ਕੇ ਸਾਇੰਸ ਵੱਲ ਜਾਣ। ਇੱਥੇ ਵੀ ਬਹੁਤ ਸਾਰੀਆਂ ਓਪਰਚੁਨਿਟੀਜ਼ ਆ, ਜਿਵੇਂ ਕਿ ਆਪਾਂ ਦੇਖਿਆ ਕਿ ਇਸਰੋ ਨੇ ਐਡਾ ਵੱਡਾ ਚੰਦਰਯਾਨ ਲਾਂਚ ਕੀਤਾ, ਈਵਨ ਸੂਰਿਆ ਜਿਹੜਾ ਆਦਿਤਿਆ 1 ਸੂਰਿਆ ਲਾਂਚ ਕੀਤਾ ਉਹ, ਸੋ ਉਹਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਲਿਆਏ ਜਾਣ, ਜਾਂ ਤਾਂ ਕਿ ਬੱਚਿਆਂ ਨੂੰ ਸਾਇੰਸ ਦੇ ਨਾਲ ਜੋੜਿਆ ਜਾ ਸਕੇ ਅਤੇ ਉਹ ਆਪਦੇ ਦੇਸ਼ ਲਈ ਇੱਥੇ ਰਹਿ ਕੇ ਹੀ ਕੁਛ ਕਰਨ। ਇਹ ਸਰ 31st ਈਅਰ ਹੈ ਚਿਲਡਰਨ ਸਾਇੰਸ ਕਾਂਗਰਸ ਦਾ, 1993 ਤੋਂ ਪ੍ਰੋਗਰਾਮ ਇਹ ਚੱਲ ਰਿਹਾ ਅਤੇ ਅਸੀਂ ਹਰ ਸਾਲ ਸਟੇਟ ਲੈਵਲ ਡਿਸਟ੍ਰਿਕਟ ਲੈਵਲ 'ਤੇ ਕਰਾਉਂਦੇ।